ਗੁੱਡ ਮਾਰਨਿੰਗ ਆਲ ਆਫ ਯੂ, ਸਤਿ ਸ਼੍ਰੀ ਅਕਾਲ, ਕਿੱਦਾਂ ਜੀ ਤੁਸੀਂ ਸਾਰੇ? ਅਤੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਅਤੇ ਸੋਚਣ ਅਤੇ ਸਮਝਣ ਦੀ ਜਿਹੜੀ ਸ਼ਕਤੀ ਹੈ ਉਹ ਪ੍ਰਦਾਨ ਕਰਦਾ ਰਹੇ। ਠੀਕ ਹੈ, ਮੈਂ ਮਨੀ ਸ਼ਰਮਾ ਸਵਾਗਤ ਕਰਦੀ ਹਾਂ ਤੁਹਾਡਾ ਜੀ, ਅਤੇ ਇੱਕ ਹਫ਼ਤੇ ਬਾਅਦ ਮਿਲ ਰਹੇ ਆਪਾਂ, ਹੈ ਨਾ? ਚਲੋ, ਅਸਲ 'ਚ ਮਸਲਾ ਇਹ ਹੈ ਕਿ ਸਮੇਂ ਦੀ ਬੜੀ ਘਾਟ ਆ, ਹੈ ਨਾ, ਅਤੇ ਹੋਰ ਬੜੇ ਸਾਰੇ ਉਲਝੇਵੇਂ ਆ ਜ਼ਿੰਦਗੀ ਵਿੱਚ, ਜਿਨ੍ਹਾਂ ਕਰਕੇ ਜੋ ਹੈ ਉਹ ਥੋੜ੍ਹਾ ਜਿਹਾ ਵਿੱਚ ਕਈ ਵਾਰੀ ਵਕਫਾ ਜੋ ਹੈ ਉਹ ਪੈ ਜਾਂਦਾ ਹੁੰਦਾ। ਚਲੋ ਆਓ ਤਾਂ ਸਮੇਂ ਨਹੀਂ ਖਰਾਬ ਕਰਦੇ ਅਤੇ ਆਓ ਜ਼ਰਾ ਆਪਾਂ ਅੱਜ ਦੀ ਕਲਾਸ ਸ਼ੁਰੂ ਕਰਦੇ, ਹੈ ਨਾ? ਦੇਖੋ, ਪਿਛਲੀਆਂ 3 ਕਲਾਸਾਂ ਦੇ ਵਿੱਚ ਤੁਸੀਂ ਮੇਰੇ ਨਾਲ ਬੇਸਿਕ ਜਿਹੜਾ ਓਵਰਵਿਊ ਹੈ ਪੰਜਾਬ ਦਾ ਅਤੇ ਪੰਜਾਬੀ ਭਾਸ਼ਾ ਦਾ ਲਿਆ, ਹੈ ਨਾ? ਥੋੜ੍ਹਾ ਜਿਹਾ ਯਾਦ ਕਰੋ ਕਿ ਆਪਾਂ ਨੇ ਕਰਿਆ ਸੀਗਾ ਕਿ ਜਿਹੜੀ ਪੰਜਾਬੀ ਭਾਸ਼ਾ ਆ ਉਹ ਇੱਕ ਐਕਟ ਅਧੀਨ ਪੰਜਾਬ ਵਿੱਚ ਬੋਲੀ ਜਾਂਦੀ ਹੈ, ਅਤੇ ਉਹ ਜਿਹੜੀ ਪੰਜਾਬੀ ਭਾਸ਼ਾ ਆ ਉਹ ਐਕਟ ਕਦੋਂ ਪਾਸ ਹੋਇਆ ਸੀਗਾ? 1967, ਹੈ ਨਾ, 1967 ਦੇ ਵਿੱਚ, 67 ਦੇ ਵਿੱਚ ਪਾਸ ਹੋਇਆ ਆ ਜੀ। ਅਤੇ ਜਿਹੜੀ ਪੰਜਾਬੀ ਭਾਸ਼ਾ ਆ ਇਹਨੂੰ ਸ਼ੁੱਧ ਰੂਪ ਦੇ ਵਿੱਚ ਬੋਲਣਾ ਬਹੁਤ ਜ਼ਰੂਰੀ ਹੈ, ਹੈ ਨਾ? ਕਿਸੇ ਵੀ ਭਾਸ਼ਾ ਨੂੰ, ਸਿੱਧੀ ਜਿਹੀ ਗੱਲ ਆ, ਇਕੱਲੀ ਪੰਜਾਬੀ ਨਹੀਂ, ਕੋਈ ਵੀ ਭਾਸ਼ਾ ਜਿਹੜੀ ਉਹ ਸ਼ੁੱਧ ਰੂਪ ਦੇ ਵਿੱਚ ਬੋਲੀ ਜਾਣੀ ਬਹੁਤ ਜ਼ਰੂਰੀ ਹੈ, ਲਿਖੀ ਜਾਣੀ ਬਹੁਤ ਜ਼ਰੂਰੀ ਹੈ। ਕਿਉਂ ਕਾਹਤੇ ਜ਼ਰੂਰੀ ਹੈ ਭਾਈ? ਕਿਉਂਕਿ ਜੇ ਅਸੀਂ ਭਾਸ਼ਾ ਦੀ ਸ਼ੁੱਧਤਾ ਪਰ ਧਿਆਨ ਨਹੀਂ ਦਊਂਗੇ ਤਾਂ ਫਿਰ ਉਹ ਸਾਹਮਣੇ ਸੁਣਨ ਵਾਲੇ ਨੂੰ ਪ੍ਰਭਾਵਿਤ ਨਹੀਂ ਕਰੂਗੀ ਉਹ ਭਾਸ਼ਾ, ਹੈ ਨਾ? ਤਾਂ ਦੇਖੋ, ਭਾਸ਼ਾ ਦਾ ਹੀ ਕਮਾਲ ਹੈ ਕਿ ਜਿਹੜਾ ਤੁਸੀਂ ਹੈਗੇ ਹੈ ਉਹ ਕਿਸੇ ਨਾਲ ਐਡੀ ਲੰਬੀ ਚੌੜੀ ਗੱਲਬਾਤ ਕਰ ਲੈਂਦੇ ਹਾਂ, ਲੰਮੇ ਸਮੇਂ ਤੱਕ ਆਪਾਂ ਉਹਦੇ ਨਾਲ ਗੱਲਬਾਤ ਕਰਦੇ ਰਹਿੰਦੇ ਹਾਂ। ਭਾਸ਼ਾ ਦਾ ਹੀ ਕਮਾਲ ਹੈ ਕਿ ਕਿਸੇ ਬੰਦੇ ਨਾਲ ਤੁਸੀਂ 5 ਮਿੰਟ ਵੀ ਗੱਲ ਨਹੀਂ ਕਰ ਸਕਦੇ, ਹੈ ਨਾ? ਤਾਂ ਭਾਸ਼ਾ ਨੂੰ ਸ਼ੁੱਧ ਰੂਪ ਦੇ ਵਿੱਚ ਬੋਲਣ ਅਤੇ ਲਿਖਣ ਵਾਸਤੇ ਕੁਛ ਨੇਮ ਪ੍ਰਬੰਧ ਬਣਾਏ ਗਏ। ਉਹ ਜਿਹੜੇ ਨੇਮ ਪ੍ਰਬੰਧ ਹੈ ਉਹਨਾਂ ਨੂੰ ਵਿਆਕਰਣ ਆਖਿਆ ਗਿਆ, ਹੈ ਨਾ? ਲਾਸਟ ਕਲਾਸ ਇੱਥੋਂ ਖਤਮ ਹੋਈ ਹੈ। ਤਾਂ ਜਿਹੜੀ ਵਿਆਕਰਣ ਹੈ ਉਹ ਹੈ ਕਿ ਉਹ ਕੁਛ ਰੂਲਸ ਐਂਡ ਰੈਗੂਲੇਸ਼ਨਸ ਆ, ਕੁਛ ਨਿਯਮ ਨੇਮ ਪ੍ਰਬੰਧ ਆ ਜਿਹਦੇ ਨਾਲ ਇੱਕ ਭਾਸ਼ਾ ਨੂੰ ਸ਼ੁੱਧ ਰੂਪ ਦੇ ਵਿੱਚ ਬੋਲਿਆ ਅਤੇ ਲਿਖਿਆ ਜਾ ਸਕਦਾ। ਆਹੀ ਹੈ ਨਾ ਜੀ? ਬਿਲਕੁਲ ਆਹੀ ਹੈ। ਹੁਣ ਜਿਹੜੀ ਗਰਾਮਰ ਹੈ ਪੰਜਾਬੀ ਦੀ, ਉਹ ਅੰਗਰੇਜ਼ ਆਏ ਜਦੋਂ ਸਾਡੇ ਉੱਪਰ, ਤਾਂ ਵਿਲੀਅਮ ਕੈਰੀ ਨਾਮ ਦਾ ਅੰਗਰੇਜ਼ ਅਫਸਰ ਆ, ਉਹਨੇ ਜੋ ਹੈ ਕਹਿੰਦੇ ਪਹਿਲੀ ਵਾਰ ਲਿਖਵਾਈ। ਅੰਗਰੇਜ਼ਾਂ ਨੂੰ ਛੱਡੋ, ਪੇਪਰ ਪਾਉਣ ਵਾਲੇ ਵੀ ਬਹੁਤੇ ਅੰਗਰੇਜ਼ਾਂ ਨੂੰ ਪ੍ਰਮੋਟ ਕਰਨ ਵਾਲੇ ਨਹੀਂ ਹੈਗੇ, ਹੈ ਨਾ? ਉਹ ਵੀ ਅਸੀਂ ਤੁਹਾਨੂੰ ਬੇਸਿਕ ਨੌਲੇਜ ਜਿਹੜੀ ਹੈਗੀ ਉਹ ਦੇਖਣੀ ਚਾਹੁੰਦੇ ਹਾਂ ਤੁਹਾਡੀ। ਤਾਂ ਜਿਹੜੀ ਪੰਜਾਬੀ ਭਾਸ਼ਾ ਆ ਉਹ ਕਮਸ ਫਰੋਮ ਸੰਸਕ੍ਰਿਤ ਲੈਂਗੁਏਜ, ਤਾਂ ਫਿਰ ਵਿਆਕਰਣ ਹੈ ਜਿਹੜੀ ਪਹਿਲੀ ਉਹ ਸੰਸਕ੍ਰਿਤ 'ਚ ਲਿਖੀ ਗਈ ਹੈ ਜੀ। ਉਹ ਸੀਗੀ ਪਾਣਿਨੀ ਦੀ 8 ਅਧਿਆਏ, 8 ਲੈਸਨ ਸੀਗੇ ਨਾ ਉਹਦੇ ਵਿੱਚ, ਪਾਣਿਨੀ ਦੇ 8 ਅਧਿਆਏ ਹੈ ਜੀ ਸਾਡੇ ਕੋਲ। ਠੀਕ ਹੈ, ਬਹੁਤ ਸੋਹਣੀ ਗੱਲ ਆ। ਹੁਣ ਆ ਜਿਹੜੀ ਵਿਆਕਰਣ ਹੈ ਇਹਨੂੰ ਜੇ ਅਸੀਂ ਪੜ੍ਹਨਾ ਹੋਵੇ, ਇਹ ਹੈ ਤੁਹਾਡੀ ਅੱਜ ਦੀ ਕਲਾਸ ਦਾ ਟੋਪਿਕ। ਹੁਣ ਜਿਹੜੀ ਇਹ ਵਿਆਕਰਣ ਹੈ, ਜੇ ਮੈਂ ਇਹਨੂੰ ਪੜ੍ਹਨਾ ਹੋਵੇ ਤਾਂ ਇਹਦੇ ਟਾਈਪਸ ਪੜ੍ਹੂੰਗੀ ਨਾ। ਹਾਂ, ਵਿਆਕਰਣ ਦੀਆਂ ਸ਼੍ਰੇਣੀਆਂ ਪੜ੍ਹਾਂਗੇ ਜੀ ਆਪਾਂ, ਹੈ ਨਾ? ਤਾਂ ਚਲੋ ਫਿਰ, ਵਿਆਕਰਣ ਦੀਆਂ ਸ਼੍ਰੇਣੀਆਂ ਪੜ੍ਹਨ ਵਾਸਤੇ ਤੁਸੀਂ ਇੱਕ ਗੱਲ ਸਮਝੋ ਮੇਰੇ ਨਾਲ ਕਿ ਜਿਹੜੀ ਭਾਸ਼ਾ ਆ ਉਹ ਉਤਪੰਨ ਕਿਵੇਂ ਹੁੰਦੀ ਹੈ, ਹੈ ਨਾ? ਜਿਹੜੀ ਭਾਸ਼ਾ ਹੈ ਉਹ ਧੁਨੀ ਤੋਂ ਉਤਪੰਨ ਹੁੰਦੀ ਹੈ, ਉਹ ਸਾਊਂਡ ਤੋਂ ਹੁੰਦੀ ਹੈ। ਹੁਣ ਦੇਖੋ, ਮੇਰੇ ਪੈਰ ਵਿੱਚ ਜਿਹੜੀ ਚੱਪਲ ਪਾਈ ਹੈ ਉਹ ਟਕ ਟਕ ਦੀ ਆਵਾਜ਼ ਕਰਦੀ, ਉਹ ਮੈਂ ਖੋਲ੍ਹ ਦਿੱਤੀ ਹੈ, ਹੈ ਨਾ? ਇਹ ਸਾਊਂਡ ਹੈ ਨਾ, ਬਿਲਕੁਲ ਸਾਊਂਡ ਹੈ। ਤਾਂ ਕੋਈ ਵੀ ਜਿਹੜੀ ਭਾਸ਼ਾ ਹੈ ਨਾ ਉਹ ਸਟਾਰਟਿੰਗ ਦੇ ਵਿੱਚ ਸਾਊਂਡ ਬੇਸਿਕ ਯੂਨਿਟ ਦੇ ਉੱਪਰ ਡਿਪੈਂਡੇਬਲ ਹੁੰਦੀ ਹੈ। ਉਹ ਜਿਹੜੀ ਸਾਊਂਡ ਹੈ ਉਹ ਸਾਡੇ ਅੱਗੇ ਫਿਰ ਐਲਫਾਬੈਟ ਅੱਖਰ ਬਣਾਉਂਦੀ ਹੈ, ਹੈ ਨਾ? ਜਿਵੇਂ ਕਿ ਆਵਾਜ਼ ਆਉਂਦੀ ਸੀਗੀ ਟਕ ਟਕ ਦੀ, ਤਾਂ ਇੱਕ ਟੈਂਕਾ ਆ ਗਿਆ ਅਤੇ ਦੂਜਾ ਕੱਕਾ ਆ ਗਿਆ। ਹੁਣ ਇਹ ਜਿਹੜਾ ਟਕ ਟਕ ਕਰ ਰਹੀ ਹੈ ਇਹ ਕਿਆ ਬਣ ਗਿਆ ਹੈ ਜੀ? ਇਹ ਸ਼ਬਦ ਬਣ ਗਿਆ, ਅੱਖਰ ਤੋਂ ਸ਼ਬਦ ਵੱਲ ਨੂੰ ਤੁਰ ਪਏ ਆਪਾਂ, ਹੈ ਨਾ? ਜਿਹੜਾ ਅੱਖਰ ਆ
ਉਹ ਸ਼ਬਦ ਦੀ ਯਾਤਰਾ ਕਰਦਾ ਹੈ। ਹੁਣ ਜਿਹੜਾ ਸ਼ਬਦ ਆ ਉਹ ਜਦੋਂ ਦੋ ਸ਼ਬਦਾਂ ਨੂੰ ਇਕੱਠੇ ਕਰੀਏ ਤਾਂ ਉਹ ਵਾਕ ਦੀ ਯਾਤਰਾ ਕਰਦਾ ਹੈ। ਅਤੇ ਜਿਹੜੀ ਵਾਕ ਹੈ ਉਹ ਸਭ ਤੋਂ ਬਿਗੈਸਟ ਯੂਨਿਟ ਹੈ, ਜਿਹੜੀ ਧੁਨੀ ਆ ਉਹ ਸਭ ਤੋਂ ਸਮਾਲੈਸਟ ਯੂਨਿਟ ਹੈ। ਪੇਪਰ ਦਾ ਕੁਐਸਚਨ ਇਹ ਹੈ ਕਿ ਕਿਸੇ ਵੀ ਭਾਸ਼ਾ ਦੀ ਸਭ ਤੋਂ ਛੋਟੀ ਅਤੇ ਸਭ ਤੋਂ ਵੱਡੀ ਇਕਾਈ ਆਂਸਰ ਹੈ ਧੁਨੀ ਔਰ ਵਾਕ। ਹੁਣ ਜਿਹੜੀ ਧੁਨੀ ਹੈ ਉਹ ਟਕ ਟਕ ਕਰ ਰਹੀ ਹੈ ਨਾ, ਬਿਲਕੁਲ ਠੀਕ ਹੈ। ਤਾਂ ਹੁਣ ਮੱਝ ਵੀ ਤਾਂ ਸਵੇਰੇ ਜਦੋਂ ਸਾਡੇ ਘਰ ਜਿਹੜੀਆਂ ਮੱਝਾਂ ਹੈ ਉਹ ਸਾਜਰੇ ਲੱਗ ਜਾਣੀਆਂ ਰੌਲਾ ਪਾਉਣ, ਹੈ ਨਾ, ਅਤੇ ਉਹਨਾਂ ਦੀ ਜਿਹੜੀ ਭਾਸ਼ਾ ਹੈ ਉਹ ਮੈਨੂੰ ਤਾਂ ਸਮਝ ਆਉਂਦੀ ਨਹੀਂ ਹੈਗੀ। ਤਾਂ ਧੁਨੀਆਂ ਜਿਹੜੀਆਂ ਉਹ ਕਿਆ ਹੋ ਸਕਦੀਆਂ ਆ? ਸਾਰਥਕ ਹੋ ਸਕਦੀਆਂ ਆ ਅਤੇ ਨਿਰਾਰਥਕ ਹੋ ਸਕਦੀਆਂ ਆ। ਤਾਂ ਧੁਨੀ ਹੈ ਜਿਹੜੀ ਉਹ ਮੀਨਿੰਗਫੁੱਲ ਵੀ ਹੋ ਸਕਦੀ ਹੈ ਅਤੇ ਮੀਨਿੰਗ ਲੈਸ ਵੀ ਹੋ ਸਕਦੀ ਹੈ ਨਾ। ਹੁਣ ਜਿਵੇਂ ਸ਼ਬਦਾਂ ਦਾ ਵੀ ਆਹੀ ਹਿਸਾਬ ਆ, ਉਹ ਮੀਨਿੰਗਫੁੱਲ ਵੀ ਹੋ ਸਕਦੇ ਆ ਅਤੇ ਮੀਨਿੰਗ ਲੈਸ ਵੀ ਹੋ ਸਕਦੇ ਆ। ਤਾਂ ਹੁਣ ਲੈ ਦੇ ਕੇ ਮਾਹੌਲ ਬਣ ਗਿਆ ਕਲਾਸ ਦਾ, ਅਤੇ ਤੁਹਾਡੀ ਅੱਜ ਦੀ ਕਲਾਸ ਕਾਹਦੇ ਪਰ ਬੇਸਡ ਹੈ? ਵਿਆਕਰਣ ਦੀਆਂ ਸ਼੍ਰੇਣੀਆਂ, ਠੀਕ ਹੈ ਨਾ। ਅਤੇ ਅੱਜ ਦੀ ਕਲਾਸ ਕਿਹੜੀ ਹੈ ਜੀ? ਵਿਆਕਰਣ ਦੀਆਂ ਸ਼੍ਰੇਣੀਆਂ ਪਰ ਆ, ਠੀਕ ਹੈ। ਚਲੋ ਫਿਰ ਆਪਣਾ ਹੁਣ ਪੈਨ ਕਾਪੀ ਕੱਢੋ ਅਤੇ ਮੈਂ ਚਾਹ ਦਾ ਆਖਰੀ ਘੁੱਟ ਪੀ ਕੇ ਜਿਹੜਾ ਹੈਗਾ ਆ ਉਹ ਬੋਰਡ ਸਾਫ਼ ਕਰ ਦੇਣਾ। ਚਾਹ ਸਿਹਤ ਵਾਸਤੇ ਚੰਗੀ ਨਹੀਂ ਹੈ, ਠੀਕ ਹੈ ਨਾ, ਬੱਚਿਆਂ ਨੂੰ ਪੀਣੀ ਨਹੀਂ ਚਾਹੀਦੀ। ਪਰ ਹੁਣ ਦੇਖੋ ਅਸੀਂ ਹੋ ਗਏ ਬਜ਼ੁਰਗ ਪੁੱਤਰਾ, ਸਾਨੂੰ ਤਾਂ ਹੁਣ ਚਾਹ ਨਾਲ ਹੀ ਹੈ ਪਿਆਰ। ਸੋਸ਼ਲ ਮੀਡੀਆ ਵੈਸੇ ਬਹੁਤ ਹੀ ਸੋਹਣੀ ਚੀਜ਼ ਹੈ ਨਹੀਂ, ਪਰ ਇਸ ਮਾਮਲੇ 'ਚ ਸੋਸ਼ਲ ਮੀਡੀਆ ਬੜੀ ਸੋਹਣੀ ਚੀਜ਼ ਹੈ ਕਿ ਤੁਸੀਂ ਘਰ ਬੈਠੇ ਰਜਾਈਆਂ ਦੇ ਵਿੱਚ ਦੇਖੋ, ਹੈ ਨਾ, ਪੜ੍ਹ ਸਕਦੇ ਹਾਂ। ਸਾਡੇ ਵਕਤਾਂ 'ਚ ਤਾਂ ਪਤਾ ਨਹੀਂ ਅਸੀਂ ਕਿੰਨੀ ਕਿੰਨੀ ਦੂਰ ਜਾਂਦੇ ਹੁੰਦੇ ਪੜ੍ਹਨ ਵਾਸਤੇ, ਅਤੇ ਅੱਗੇ ਟੀਚਰ ਮਿਲੇ ਨਾ ਮਿਲੇ, ਅਤੇ ਉਹਦਾ ਸੁਭਾਅ ਮਿਲਣ ਦਾ ਹੈ ਨਹੀਂ ਹੈ, ਬੜੇ ਸਾਰੇ ਮਸਲੇ ਮਸਾਲ ਹੁੰਦੇ, ਹੈ ਨਾ। ਅਤੇ ਮੈਨੂੰ ਬੜੀ ਖੁਸ਼ੀ ਹੈ ਕਿ ਚਲੋ ਸੋਸ਼ਲ ਮੀਡੀਆ ਕਿਸੇ ਦਾ ਕੰਮ ਆ ਰਿਹਾ ਸਾਡੇ, ਕਿ ਅਸੀਂ ਜਿਹੜਾ ਹੈਗਾ ਉਹ ਘਰ ਬੈਠੇ ਪੜ੍ਹ ਸਕਦੇ ਹਾਂ, ਹੈ ਨਾ। ਕੋਈ ਗ੍ਰਹਿਣੀ ਹੈ, ਹਾਊਸ ਵਾਈਫ ਹੈ, ਜਾਂ ਕੋਈ ਮੇਰੇ ਵਾਂਗੂ ਜਿਹਦੇ ਕੋਲ ਬਹੁਤ ਸਾਰਾ ਕੰਮ ਆ, ਉਹਨੂੰ ਪੜ੍ਹਨ ਵਾਸਤੇ ਜੋ ਹੈ ਉਹ ਸੋਸ਼ਲ ਮੀਡੀਆ ਮਦਦ ਕਰ ਰਿਹਾ। ਚਲੋ ਜੀ, ਤਾਂ ਆਪਾਂ ਜਿਹੜਾ ਟਾਈਟਲ ਅੱਜ ਦੇਣਾ ਆ ਉਹ ਹੈਗਾ ਜੀ ਵਿਆਕਰਣ ਦੀਆਂ ਸ਼੍ਰੇਣੀਆਂ, ਜਿਹਨੂੰ ਤੁਸੀਂ ਵਿਆਕਰਣ ਦੇ ਭਾਗ ਕਹਿੰਦੇ ਆ ਜੀ, ਠੀਕ ਹੈ। ਮੈਂ ਕਿੱਥੋਂ ਪੜ੍ਹਾ ਰਹੀ ਹਾਂ? ਸਰਕਾਰੀ ਕਿਤਾਬ 'ਚੋਂ ਪੜ੍ਹਾ ਰਹੀ ਹਾਂ ਭਾਈ ਤੁਹਾਨੂੰ। ਵਿਆਕਰਣ ਦੀਆਂ ਸ਼੍ਰੇਣੀਆਂ, ਤਾਂ ਇਹਦੀ ਲਾਈਟ 'ਚ ਮੈਨੂੰ ਕੁਛ ਦਿਸਦਾ ਨਹੀਂ ਹੁੰਦਾ ਮੈਂ ਕਿਆ ਲਿਖ ਰਹੀ ਕਿਆ ਨਹੀਂ। ਹੁਣ ਵਿਆਕਰਣ ਦੀਆਂ ਸ਼੍ਰੇਣੀਆਂ, ਦ ਟਾਈਪਸ ਆਫ ਗ੍ਰੈਮਰ, ਜੇ ਤੁਹਾਨੂੰ ਪੇਪਰ 'ਚ ਆ ਜਾਵੇ ਤਾਂ ਇਹਦਾ ਆਂਸਰ ਹੈਗਾ ਆ ਚਾਰ, ਠੀਕ ਹੈ ਨਾ ਜੀ। ਪਹਿਲੀ ਕਿਹੜੀ ਟਾਈਪ ਹੈ? ਪਹਿਲੀ ਟਾਈਪ ਉਹੀ ਹੈ ਜੀ ਧੁਨੀ ਬੋਧ, ਕਿਉਂਕਿ ਸਟਾਰਟ ਹੀ ਉਹਨੂੰ ਤਾਂ ਹੋਣਾ ਸਾਰਾ ਚੀਜ਼, ਤਾਂ ਪਹਿਲੀ ਟਾਈਪ ਧੁਨੀ ਬੋਧ ਆ, ਠੀਕ ਹੈ ਨਾ। ਜਿਹੜੀ ਦੂਜੀ ਟਾਈਪ ਹੈ ਜੀ ਮੇਰਾ ਰਾਜਾ ਬੱਚਾ, ਉਹ ਹੈਗੀ ਜੀ ਸ਼ਬਦ ਬੋਧ। ਜਿਹੜਾ ਤੀਸਰਾ ਟਾਈਪ ਹੈ ਮੇਰਾ ਰਾਜਾ ਬੱਚਾ, ਉਹ ਹੈਗਾ ਆ ਜੀ ਵਾਕ ਬੋਧ। ਅਤੇ ਲਾਸਟ ਹੈ ਜੀ ਅਰਥ ਬੋਧ। ਲਓ ਜੀ, ਹੁਣ ਇਹਨੂੰ ਸਮਝਣ ਵਾਸਤੇ ਬੋਰਡ ਪਰ ਆਓ। ਧੁਨੀ ਹੈ ਜੀ, ਹੁਣੇ ਆਪਾਂ ਗੱਲ ਕਰੀਏ ਸਾਰਥਕ ਅਤੇ ਨਿਰਾਰਥਕ ਧੁਨੀਆਂ, ਹੈ ਨਾ। ਜਦੋਂ ਉਹ ਅੱਗੇ ਟਰੈਵਲ ਕਰਦੀਆਂ ਤਾਂ ਸ਼ਬਦਾਂ ਦੇ ਵਿੱਚ ਟਰੈਵਲ ਕਰਦੀਆਂ, ਸ਼ਬਦ ਆ ਜਿਹੜੇ ਜਦੋਂ ਇਕੱਠੇ ਹੋ ਜਾਣ ਤਾਂ ਵਾਕਾਂ ਦੇ ਵਿੱਚ ਟਰੈਵਲ ਕਰਦੀਆਂ ਜੀ। ਵਾਕ ਮੈਂ ਕਿਆ ਬੋਲ ਰਹੀ ਹੈ ਉਸ ਵਾਕ ਦਾ ਕੋਈ ਅਰਥ ਵੀ ਤਾਂ ਹੋਣਾ ਚਾਹੀਦਾ ਹੈ ਨਾ, ਤਾਂ ਹੀ ਭਾਸ਼ਾ ਬਣੂਗੀ। ਕਿਉਂਕਿ ਜਿਹੜਾ ਵਾਕ ਹੈ ਨਾ, ਇਹਦੀ ਇੱਕੋ ਇੱਕ ਸਭ ਤੋਂ ਵੱਡੀ ਪਹਿਚਾਣ ਇਹ ਹੈ ਕਿ ਵਾਕ ਹਮੇਸ਼ਾ ਸਾਰਥਕ ਹੁੰਦਾ ਆ,
ਵਾਕ ਕਦੇ ਵੀ ਨਿਰਾਰਥਕ ਨਹੀਂ ਹੋ ਸਕਦਾ। ਜੇ ਨਿਰਾਰਥਕ ਹੈ ਨਾ ਵਾਕ, ਫਿਰ ਉਹ ਭਾਸ਼ਾ ਨਹੀਂ ਬਣਾ ਸਕਦਾ। ਜੇ ਮੈਂ ਉਈ ਅਬਾ ਤਬਾ ਬੋਲੀ ਜਾਊਂਗੀ ਤਾਂ ਮੈਂ ਤੁਹਾਨੂੰ ਪੇਪਰ 'ਚ ਪਾਸ ਹੋਣ ਵਾਸਤੇ ਮਦਦ ਨਹੀਂ ਕਰ ਸਕਦੀ, ਯਾਦ ਰੱਖਿਓ ਇਹ, ਠੀਕ ਹੈ ਨਾ। ਤਾਂ ਵਾਕ ਹਮੇਸ਼ਾ ਸਾਰਥਕ ਹੁੰਦਾ ਆ। ਭਾਸ਼ਾ ਦੀ ਸਭ ਤੋਂ ਵੱਡੀ ਇਕਾਈ ਵਾਕ ਹੈ, ਅਤੇ ਉਹਦੀ ਪਛਾਣ ਕਿਆ ਹੈ ਕਿ ਉਹ ਹਮੇਸ਼ਾ ਸਾਰਥਕ ਹੁੰਦਾ ਆ। ਧੁਨੀ ਹੈ ਜਿਹੜੀ, ਉਹ ਸਾਰਥਕ ਵੀ ਹੋ ਸਕਦੀ, ਉਹ ਨਿਰਾਰਥਕ ਵੀ ਹੋ ਸਕਦੀ ਹੈ ਨਾ। ਇਹ ਸੀਗਾ ਨਾ, ਠੀਕ ਹੈ ਜੀ। ਹੁਣ ਅਰਥਬੋਧ, ਜਿਹਦੇ ਵਿੱਚ ਅਸੀਂ ਧੁਨੀਆਂ ਬਾਰੇ ਗਿਆਨ ਪ੍ਰਾਪਤ ਕਰਨਾ ਉਹ ਧੁਨੀ ਬੋਧ, ਜਿਹਦੇ ਵਿੱਚ ਅਸੀਂ ਸ਼ਬਦਾਂ ਬਾਰੇ ਗਿਆਨ ਪ੍ਰਾਪਤ ਕਰਨਾ ਉਹ ਸ਼ਬਦ ਬੋਧ, ਜਿਹਦੇ ਵਿੱਚ ਵਾਕਾਂ ਬਾਰੇ ਉਹ ਵਾਕ ਬੋਧ, ਅਤੇ ਵਾਕਾਂ ਦੇ ਅਰਥ ਕੀ ਨਿਕਲਦੇ ਆ, ਅਰਥ ਵਿਰੋਧੀ ਨਿਕਲਦੇ ਆ, ਅਰਥ ਸਮਾਨ ਅਰਥਕ ਨਿਕਲਦੇ ਆ, ਅਰਥ ਬਹੁ ਅਰਥਕ ਨਿਕਲਦੇ ਆ। ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਨਿਕਲਦਾ, ਉਹ ਅਰਥ ਬੋਧ ਦੇ ਅੰਡਰ ਆਉਣਾ ਆ, ਠੀਕ ਹੈ ਨਾ। ਵਾਕ ਕਿਵੇਂ ਦੇ ਹੁੰਦੇ, ਮਿਸ਼ਰਤ ਹੈ, ਸੰਯੁਕਤੀਆਂ, ਹਾਂ ਵਾਚਕ ਹੈ, ਬਿਆਨੀਆਂ ਹੈ, ਹੁਕਮੀ ਹੈ, ਉਹ ਸਾਰੇ ਵਾਕ ਦੇ ਅਧੀਨ ਆਉਣੇ ਆ ਜੀ ਤੁਹਾਡੇ ਕੋਲ। ਸ਼ਬਦ ਬੋਧ ਦੇ ਵਿੱਚ ਕਿਆ ਆਊਗਾ, ਸ਼ਬਦ ਬੋਧ ਦੇ ਵਿੱਚ ਆਊਗਾ ਬਾਈ ਸ਼ਬਦ ਦੀਆਂ ਸ਼੍ਰੇਣੀਆਂ, ਨਾਮ ਪ੍ਰਨਾਮ, ਕਿਰਿਆ ਵਿਸ਼ੇਸ਼ਣ, ਯੋਜਕ, ਸੰਬੰਧਕ, ਵਿਸਮਿਕ, ਉਹ ਅੱਠ ਪ੍ਰਕਾਰ ਇੱਥੇ ਪੜ੍ਹੇ ਜਾਣੇ ਤੁਹਾਡੇ ਕੋਲ। ਅਤੇ ਇਹਦੇ ਵਿੱਚ ਕੀ ਪੜ੍ਹਿਆ ਜਾਣਾ ਆ, ਇਹਦੇ ਵਿੱਚ ਪੜ੍ਹੇ ਜਾਣੇ ਆ ਸਵਰ, ਇਹਦੇ ਵਿੱਚ ਪੜ੍ਹੇ ਜਾਣੇ ਵਿਅੰਜਨ, ਇਹਦੇ ਵਿੱਚ ਪੜ੍ਹੀਆਂ ਜਾਣੀਆਂ ਲਗਾ ਅੱਖਰ, ਇਹਦੇ ਵਿੱਚ ਪੜ੍ਹੀਆਂ ਜਾਣੀਆਂ ਲਗਾ ਮਾਤਰਾਵਾਂ। ਕਿਆ ਤੁਸੀਂ ਪੜ੍ਹ ਨਹੀਂ ਲਈਆਂ ਪਿਛਲੀਆਂ ਕਲਾਸਾਂ ਦੇ ਵਿੱਚ? ਬਿਲਕੁਲ ਪੜ੍ਹ ਲਈਆਂ। ਤਾਂ ਲੇ ਦੇ ਕੇ ਹਿਸਾਬ ਇਹ ਹੈ ਕਿ ਤੁਸੀਂ ਵਿਆਕਰਣ ਦੀਆਂ ਸ਼੍ਰੇਣੀਆਂ ਦਾ ਪਹਿਲਾ ਲੈਸਨ ਆਪਣੇ ਆਪ ਪਹਿਲਾਂ ਹੀ ਪੜ੍ਹ ਲਿਆ। ਇਹਦੇ ਵਿੱਚ ਤੁਸੀਂ ਪੜ੍ਹ ਲਏ ਆ ਜੀ ਸਵਰ, ਇਹਦੇ ਵਿੱਚ ਤੁਸੀਂ ਪੜ੍ਹ ਲਏ ਆ ਵਿਅੰਜਨ, ਇਹਦੇ ਵਿੱਚ ਤੁਸੀਂ ਪੜ੍ਹ ਲਈਆਂ ਲਗਾ ਮਾਤਰਾਵਾਂ, ਦੁੱਤ ਅੱਖਰ ਪੜ੍ਹ ਲਏ ਨਾ ਸਾਰੇ, ਕੰਠੀ, ਤਾਲਵੀ, ਦੰਤੀ, ਉਹ ਸਾਰੇ ਇਹਦੇ ਵਿੱਚ ਪੜ੍ਹਨੇ ਸੀਗੇ ਅਸੀਂ, ਅਤੇ ਅਸੀਂ ਤਾਂ ਪੜ੍ਹ ਲਏ ਹਾਂ ਜੀ। ਲਓ ਜੀ, ਸਾਡੇ ਤਾਂ ਪਹਿਲਾ ਲੈਸਨ ਆਪਣੇ ਆਪ ਹੋ ਗਿਆ ਹੈ। ਵੈਰੀ ਗੁੱਡ, ਹੋ ਗਿਆ। ਤਾਂ ਫਿਰ ਅੱਧਾ ਲੈਸਨ ਕਿਆ ਹੈ? ਅੱਧਾ ਲੈਸਨ ਹੈ ਸ਼ਬਦ ਬੋਧ। ਚਲੋ ਭਾਈ, ਜਿਹਨੇ ਇਹ ਨਹੀਂ ਪੜ੍ਹਿਆ ਧੁਨੀ ਵਾਲਾ, ਉਹ ਪਿਛਲੀਆਂ ਤਿੰਨ ਵੀਡੀਓ, ਤਿੰਨ ਤਾਂ ਗਿਆ, ਪਿਛਲੀਆਂ ਲਾਸਟ ਟੂ ਹੈ ਜਿਹੜੀਆਂ, ਪਹਿਲੀ ਵਾਰ ਤਾਂ ਓਵਰਵਿਊ ਸੀਗੀ, ਜਿਹੜੀਆਂ ਲਾਸਟ ਦੋ ਹੈ ਮੇਰਾ ਬੱਚਾ ਉਹ ਪੜ੍ਹ ਲੈਣੀਆਂ, ਕਿਉਂਕਿ ਉਹਦੇ ਵਿੱਚ ਸ਼ਾਇਦ ਦਾ ਸਾਰਾ ਧੁਨੀ ਬੋਧ ਭਰੀ ਗੱਲ ਹੋਈ ਹੋਈ ਹੈ। ਤਾਂ ਸਾਡਾ ਟੌਪਿਕ ਸ਼ਬਦ ਬੋਧ ਆ ਜੀ, ਅਤੇ ਸ਼ਬਦ ਬੋਧ ਨੂੰ ਥੋੜ੍ਹਾ ਜਿਹਾ ਵਾਸਟ ਕਰਕੇ ਪੜ੍ਹਨਾ ਅਸੀਂ ਅੱਜ, ਹੈ ਨਾ। ਤਾਂ ਮੈਂ ਬਾਕੀ ਸਾਰਾ ਮਿਟੇ ਦਿੱਤਾ, ਕਿਉਂਕਿ ਸ਼ਬਦ ਬੋਧ ਬਹੁਤ ਸਾਰੀ ਜਗ੍ਹਾ ਮੰਗੂਗਾ ਤੁਹਾਤੇ। ਅਤੇ ਸਾਡਾ ਜਿਹੜਾ ਅੱਧਾ ਟੌਪਿਕ ਹੈ ਉਹ ਹੈਗਾ ਆ ਜੀ ਸੈਕਿੰਡ ਟਾਈਪਸ ਆਫ ਗ੍ਰੈਮਰ ਸ਼ਬਦ ਬੋਧ। ਹੁਣ ਸ਼ਬਦ ਬੋਧ ਦੇ ਵਿੱਚ ਪੜ੍ਹਨਾ ਕਿਆ ਹੈ, ਲਿਖੋ ਜੀ। ਸ਼ਬਦ ਬੋਧ ਦੇ ਵਿੱਚ ਅਸੀਂ ਪੜ੍ਹਨਾ ਹੈ ਪਹਿਲਾਂ ਤਾਂ ਸ਼ਬਦ ਦੀ ਬਣਤਰ ਕਿਵੇਂ ਦੀ ਹੁੰਦੀ ਹੈ, ਇਹਨੂੰ ਸਮਝ ਲਓ ਪਹਿਲਾਂ, ਹੈ ਨਾ। ਨਾਮ ਪੜਨਾਮ, ਕਿਰਿਆ ਵਿਸ਼ੇਸ਼ਣ ਤੋਂ ਪਹਿਲਾਂ ਇਹਨੂੰ ਸਮਝੋ। ਪਹਿਲਾਂ ਇਹਦੇ ਵਿੱਚ ਆਊਗਾ ਕਿ ਸ਼ਬਦ ਦੀ ਬਣਤਰ ਕਿਵੇਂ ਦੀ ਹੁੰਦੀ ਹੈ, ਸ਼ਬਦ ਕਿਵੇਂ ਬਣਦਾ ਆ। ਸ਼ਬਦ ਕਿਵੇਂ ਬਣਦਾ ਹੈ ਜੀ, ਸ਼ਬਦ ਅੱਖਰਾਂ ਤੋਂ ਬਣਦਾ ਹੈ ਨਾ। ਟਕ ਟਕ ਕਰ ਰਹੀ ਹੈ, ਟੈਂਕਾ ਕੱਕਾ, ਟੈਂਕਾ ਕੱਕਾ, ਟਕ ਟਕ ਕਰ ਰਹੀ, ਐਂ ਬਣਿਆ ਨਾ। ਸਵੇਰੇ ਨਾ ਸਾਰੇ ਉੱਠ ਕੇ ਕਸਰਤ ਕਰਿਆ ਕਰੋ। ਹੁਣ ਇਹ ਸ਼ਬਦ ਦੀ ਬਣਤਰ ਹੈ, ਕਿਵੇਂ ਹੋਈ ਸ਼ਬਦ ਦੀ ਬਣਤਰ। ਪਹਿਲਾਂ ਕੱਕਾ ਲਿਆ, ਫਿਰ ਸੱਸਾ ਲਿਆ, ਫਿਰ ਆਰਾ ਲਿਆ, ਫਿਰ ਤੱਤਾ ਲਿਆ, ਇਹ ਬਣ ਗਈ ਜੀ ਸ਼ਬਦ ਦੀ ਬਣਤਰ। ਐਂ ਹੋਈ ਨਾ ਸ਼ਬਦ ਦੀ ਬਣਤਰ, ਜਿਵੇਂ ਸਾਊਂਡ ਨੂੰ ਬੋਲਿਆ ਕਸਰਤ, ਆ ਬਣ ਗਈ ਜੀ ਕਸਰਤ, ਇਹਨੂੰ ਬੋਲਦੇ ਸ਼ਬਦ ਦੀ ਬਣਤਰ। ਅੱਖਰਾਂ ਨਾਲ ਸ਼ਬਦ ਦੀ ਬਣਤਰ ਹੋ ਗਈ ਹੈ ਜੀ, ਬਹੁਤ ਸੋਹਣੀ ਗੱਲ ਆ। ਅਗਲਾ ਆਇਆ ਜੀ ਸ਼ਬਦ ਦੀ ਰਚਨਾ। ਅੱਛਾ, ਰਚਨਾ ਅਤੇ ਸ਼ਬਦ ਦੀ ਬਣਤਰ 'ਚ ਕੀ ਅੰਤਰ ਹੈ? ਬੜਾ ਅੰਤਰ ਹੈ। ਸ਼ਬਦ ਬਣਤਰ ਆਹ ਹੈ ਜੀ, ਹੁਣ ਇਹਦੇ ਨਾਲ ਰਚਨਾ ਹੋ ਜਾਣੀ ਹੈ। ਹੁਣ ਕਦੋਂ ਕਰਨੀ ਕਸਰਤ? ਦਿਨ ਨੂੰ ਕਰ ਲਓ, ਮੇਰੇ ਕੋਲ ਤਾਂ ਟਾਈਮ ਨਹੀਂ ਹੁੰਦਾ ਮੈਡਮ ਜੀ, ਰਾਤ ਨੂੰ ਕਰ ਲਓ ਫਿਰ। ਸ਼ਬਦ ਰਚਨਾ ਦਿਨ ਪਲੱਸ ਰਾਤ, ਕਸਰਤ ਦਿਨ ਰਾਤ ਕਰੋ, ਇਹ ਸ਼ਬਦਾਂ ਦੀ ਰਚਨਾ ਹੋ ਗਈ ਹੈ ਜੀ। ਦੋ ਸ਼ਬਦਾਂ ਨੂੰ ਇਕੱਠਾ ਕਰਿਆ, ਸਮਾਸੀ ਇਹ, ਹੋਰ ਕੁਛ ਨਹੀਂ ਹੈਗਾ ਇਹ, ਹੈ ਨਾ।
ਤੀਸਰੇ ਟਾਈਪ ਕਿਆ ਹੈ ਜੀ ਤੁਹਾਡੇ ਕੋਲ? ਸ਼ਬਦਾਂ ਦਾ ਰੂਪਾਂਤਰਣ। ਹੁਣ ਸ਼ਬਦ ਦਾ ਰੂਪਾਂਤਰਣ ਕਿਵੇਂ ਹੋ ਸਕਦਾ? ਰੂਪਾਂਤਰਣ ਮਤਲਬ ਚੇਂਜ ਕਿਵੇਂ ਹੋ ਸਕਦਾ ਸ਼ਬਦ? ਜਿਵੇਂ ਕਿ ਆਹ ਇੱਕ ਸ਼ਬਦ ਹੈ ਜੀ ਤੁਹਾਡੇ ਕੋਲ, ਪੱਪਾ ਡਾੜਾ ਪੜ੍ਹ। ਮੂਲ ਰੂਟ ਹੈ ਨਾ, ਮੂਲ ਧਾਤੂ ਸ਼ਬਦ ਹੈ ਨਾ, ਪੜ੍ਹ ਤੋਂ ਬਣ ਗਈ ਜੀ ਪੜ੍ਹਾਈ। ਇਹ ਸ਼ਬਦਾਂ ਦਾ ਰੂਪਾਂਤਰਣ ਹੋ ਗਿਆ। ਪੜ੍ਹਾਈ ਕਿਆ ਹੈ? ਕਿਰਿਆ। ਸ਼ਬਦ ਬਦਲ ਗਿਆ ਨਾ। ਸਰਕਾਰੀ ਕਿਤਾਬ ਤੁਹਾਨੂੰ ਕਹਿੰਦੀ ਹੈ ਕਿ ਸ਼ਬਦ ਰੂਪਾਂਤਰਣ ਸੱਚ, ਸੱਚ ਤੋਂ ਸੱਚਾਈ, ਮੈਂ ਸੱਚ ਤੋਂ ਸੱਚਾ ਕਰ ਦਿੰਦੀ ਹਾਂ, ਸੱਚਾ ਸੌਦਾ। ਸ਼ਬਦਾਂ ਦਾ ਰੂਪਾਂਤਰਣ ਹੋ ਜਾਣਾ, ਸ਼ਬਦਾਂ ਦਾ ਬਦਲਾਵ ਧਾਰਨ ਕਰ ਜਾਣਾ, ਠੀਕ ਹੈ ਜੀ। ਅਗਲਾ ਹੈ ਜੀ ਸ਼ਬਦਾਂ ਦੇ ਅੰਤਰ ਅਰਥ ਸੰਬੰਧ। ਜਿਵੇਂ ਹੁਣ ਮੈਂ ਉਹਦੇ ਦਿਨ ਰਾਤ ਲਿਖਿਆ, ਇਹ ਸੇਮ ਇਹਦੀ ਇਗਜ਼ਾਮਪਲ ਹੈ। ਦਿਨ ਔਰ ਰਾਤ ਦਾ ਅਪੋਜ਼ਿਟ ਅੰਤਰ ਹੈ ਨਾ। ਮਹਿੰਗਾ ਸਸਤਾ ਸ਼ਬਦ ਹੈ ਨਾ, ਦੋ ਇੱਕ ਦੂਜੇ ਦੇ ਉਲਟਾ। ਲਾਸਟ ਹੈ ਜੀ ਤੁਹਾਡੇ ਕੋਲ ਪਦ ਵੰਡ। ਪਦ ਵੰਡ ਕਿਆ ਹੈ ਜੀ ਸ਼ਬਦਾਂ ਦੀ? ਨਾਮ ਪ੍ਰਣਾਮ ਕਿਰਿਆ ਵਿਸ਼ੇਸ਼ਣ ਸੰਬੰਧਕ ਯੋਜਕ ਵਿਸਮਿਕ, ਉਹ ਹੈਗੀ ਜੀ ਇਹਦੀ ਪਦ ਵੰਡ। ਇਹਨੂੰ ਅੱਗੇ ਜੋ ਹੈ ਉਹ ਕਲਾਸੀਫਾਈਡ ਕਰ ਦੇਣਾ ਅਸੀਂ। ਲਓ ਜੀ ਫਿਰ ਕਰੋ ਕਲਾਸੀਫਾਈਡ। ਪਹਿਲਾਂ ਲਿਖੋ ਜੀ ਨਾਮ, ਸ਼ੇਕਸਪੀਅਰ ਦੀ ਇੱਕ ਕੋਟ ਆ ਕਿ ਨਾਮਾਂ 'ਚ ਕੀ ਰੱਖਿਆ ਹੈ ਨਾ, ਤੁਹਾਡਾ ਕਿਰਦਾਰ ਉੱਚਾ ਹੋਣਾ ਚਾਹੀਦਾ ਆ। ਸਿੱਖ ਫਿਲੋਸਫੀ ਨੂੰ ਪੜ੍ਹਦੇ ਹਾਂ, ਮੈਂ ਇੱਕ ਗੱਲ ਸਿੱਖੀ ਹੈ ਕਿ ਤੁਹਾਡਾ ਕਰਮ ਉੱਚਾ ਹੋਣਾ ਚਾਹੀਦਾ, ਠੀਕ ਹੈ ਨਾ। ਨਾਮਾਂ 'ਚ ਕੁਛ ਨਹੀਂ ਰੱਖਿਆ। ਮੇਰਾ ਨਾਮ ਮਨੀ ਸ਼ਰਮਾ ਆ, ਪਤਾ ਨਹੀਂ ਕਿਉਂ ਰੱਖਤਾ ਘਰਦਿਆਂ ਨੇ, ਹੈ ਨਾ। ਉਹਨਾਂ ਨੂੰ ਵੀ ਇੱਕ ਬਹੁਤਾ ਪਤਾ ਨਹੀਂ ਹੈ ਵੀ, ਬਸ ਉਹੀ ਰੱਖਤਾ, ਕਿਸੇ ਨੇ ਕਿਹਾ ਤਾਂ ਰੱਖਤਾ, ਹੈ ਨਾ। ਆਮ ਨਾਮ ਹੈ ਜੀ ਮੇਰਾ ਨਾਮ ਮਨੀ ਸ਼ਰਮਾ। ਪੈਸਾ ਆਇਆ ਜੀ, ਮਨੀ ਦਾ ਇੱਕ ਮਤਲਬ ਹੈ ਨਾ, ਅਤੇ ਮਿਥਿਹਾਸ ਵਿੱਚ ਮਣੀ ਉਹ ਵੀ ਇੱਕ ਇਹਦਾ ਮਤਲਬ ਨਿਕਲਦਾ। ਆਮ ਨਾਮ ਹੈ ਜੀ ਮਨੀ, ਹੈ ਨਾ। ਅਤੇ ਮੇਰੇ ਪਿੰਡ ਤਾਂ ਮਨੀ ਚਾਟ ਭੰਡਾਰ, ਮਨੀ ਬੇਕਰੀ, ਬੜਾ ਕੁਛ ਆ, ਹੈ ਨਾ। ਆਮ ਨਾਮ ਹੈ ਜੀ ਇਹ, ਕੋਈ ਬਹੁਤ ਫੇਮਸ ਨਾਮ ਨਹੀਂ ਹੈ। ਪਰ ਜੇ ਮੈਂ ਤੁਹਾਨੂੰ ਭਾਈ ਮਨੀ ਸਿੰਘ ਜੀ ਕਹਾਂ, ਫਿਰ ਤੁਹਾਨੂੰ ਸਭ ਨੂੰ ਪਤਾ ਹੈ ਕਿ ਭਾਈ ਮਨੀ ਸਿੰਘ ਜੀ ਕੌਣ ਆ, ਹੈ ਨਾ। ਬਿਲਕੁਲ, ਤੁਹਾਡਾ ਜਿਹੜਾ ਕਿਰਦਾਰ ਹੈ ਉਹ ਤੁਹਾਡੇ ਨਾਮ ਨੂੰ ਬਹੁਤ ਉੱਚਾ ਲੈ ਜਾਂਦਾ, ਹੈ ਨਾ। ਭਾਈ ਮਨੀ ਸਿੰਘ ਜੀ ਦਾ ਕਿਰਦਾਰ ਦੇਖੋ, ਉਹਦੇ ਨਾਮ ਨੂੰ ਕਿੱਡਾ ਉੱਚਾ ਲੈ ਗਿਆ। ਨਾਮ ਅਸੀਂ ਪਹਿਚਾਣਦੇ ਹਾਂ ਜਿਸ ਚੀਜ਼ ਨੂੰ, ਜਿਸ ਨਾਮ ਨਾਲ ਉਹ ਨਾਮ ਹੈ। ਆਹ ਕੱਪ ਆ, ਇਹਨੂੰ ਕੱਪ ਕਿਹਾ। ਸਾਨੂੰ ਪਤਾ ਕਿ ਕੱਪ ਸਾਡੇ ਦਿਮਾਗ 'ਚ ਆਹ ਆ ਜਾਂਦਾ, ਹੈ ਨਾ। ਇਹਦਾ ਇੱਕ ਸਟਰਕਚਰ ਬਣ ਜਾਂਦਾ, ਇੱਕ ਚਿੰਨ੍ਹ ਪ੍ਰਬੰਧ ਬਣ ਜਾਂਦਾ, ਹੈ ਨਾ। ਚਿੰਨ੍ਹ ਹੈ ਨਾ, ਚਿਹਨਕ ਅਤੇ ਚਿਹਨਤ ਤੁਸੀਂ ਪੜ੍ਹਦੇ ਹੋਣੇ ਸਸਿਊਰ ਦਾ ਦਿਆ ਹੋਇਆ। ਆਹ ਜਿਹੜਾ ਚੌਰਸ ਜਿਹਾ ਹੈ ਜੀ, ਇਹਨੂੰ ਅਸੀਂ ਬੋਰਡ ਕਹਿੰਦੇ ਹਾਂ। ਆਹ ਜਿਹੜਾ ਮੈਂ ਲਾਇਆ ਹੋਇਆ, ਇਹਨੂੰ ਅਸੀਂ ਮੈਕ ਕਹਿੰਦੇ ਹਾਂ। ਅਸੀਂ ਰੱਖੇ ਇਹਨਾਂ ਦੇ ਨਾਂ ਨਾ, ਬਿਲਕੁਲ, ਉਹਨੂੰ ਨਾਮ ਕਹਿੰਦੇ। ਮਤਲਬ ਕਿਸੇ ਵੀ ਚੀਜ਼ ਨੂੰ, ਵਸਤੂ ਨੂੰ, ਪ੍ਰਾਣੀ ਨੂੰ, ਜੀਵ ਨੂੰ, ਥਾਂ ਨੂੰ ਜਾਣਨ ਵਾਸਤੇ ਜੋ ਅਸੀਂ ਉਹਦੇ ਉੱਪਰ ਟੈਗ ਲਾ ਦਿੱਤਾ, ਉਹ ਕਿਆ ਹੈ ਜੀ ਉਹਦਾ? ਉਹ ਉਹਦਾ ਨਾਮ ਆ। ਪੇਪਰ ਦਾ ਕੁਐਸਚਨ ਹੈ, ਨਾਮ ਕਿੰਨੀ ਪ੍ਰਕਾਰ ਦੇ ਹੁੰਦੇ ਆ? ਨਾਮ 5 ਪ੍ਰਕਾਰ ਦੇ ਹੁੰਦੇ ਆ। ਕਿਹੜੇ ਕਿਹੜੇ ਹੁੰਦੇ ਆ ਭਾਈ? ਉਹ ਮੈਂ ਹੈ ਨਾ,
ਮੈਂ ਇੱਕ ਆਮ ਬੰਦਾ ਆ ਤਾਂ ਮੇਰਾ ਆਮ ਨਾਮ ਆ। ਪਰ ਮੇਰਾ ਨਾਮ ਆਮ ਨਾਮ ਹੈ, ਪਰ ਭਾਈ ਮਨੀ ਸਿੰਘ ਜੀ ਦਾ ਨਾਮ ਤਾਂ ਖਾਸ ਆ, ਤਾਂ ਉਹਦੇ ਤੁਸੀਂ ਖਾਸ ਨਾਮ ਲਿਖ ਦੇਣਾ। ਠੀਕ ਹੈ ਨਾ। ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਕਿ ਮੇਰੇ ਪਿੰਡ ਮਨੀ ਚਾਟ ਭੰਡਾਰ ਹੈ, ਉਹ ਤਾਂ ਚੀਜ਼ਾਂ ਵੇਚਦਾ ਹੈ ਨਾ, ਮਟੀਰੀਅਲਿਸਟਿਕ ਨਾਮ, ਤਾਂ ਉਹ ਕਿਆ ਹੈ ਭਾਈ, ਉਹ ਵਸਤੂਵਾਚਕ, ਉਹ ਵਸਤੂਆਂ ਵੇਚਦਾ, ਤਾਂ ਉਹ ਵਸਤੂਵਾਚਕ ਨਾਮ ਆ। ਉਹ ਵਸਤੂਆਂ ਵੇਚਦਾ ਕਿਵੇਂ ਆ, ਤੋਲ ਕੇ ਵੇਚਦਾ। ਅੱਛਾ, ਵਸਤੂਆਂ ਤੋਲ ਕੇ ਵੇਚਦਾ ਉਹ, ਬਸ ਤੋਲ ਕੇ ਵੇਚਦਾ ਹੈ ਜੀ ਉਹ, ਹੋਰ ਕਿਵੇਂ ਵੇਚਦਾ ਹੈ ਜੀ ਉਹ, ਉਹ ਮੁੱਠੀ ਭਰ ਕੇ ਵੀ ਦੇ ਦਿੰਦਾ ਕਈ ਵਾਰੀ ਸਾਨੂੰ। ਅੱਛਾ, ਉਹਦੀ ਦੁਕਾਨ ਦੇ ਬਾਹਰ ਨਾ ਬੜਾ ਇਕੱਠ ਲੱਗਿਆ ਹੁੰਦਾ, ਕਿਉਂ, ਆ ਵੇਚਦਾ ਉਹ ਬਰਗਰ ਬੁਰਗਰ ਜਿਹੇ, ਹੈ ਨਾ, ਤਾਂ ਬੜਾ ਇਕੱਠ ਲੱਗਿਆ ਹੁੰਦਾ। ਜਿੱਥੇ ਇਕੱਠ ਲੱਗਿਆ ਹੋਵੇ ਉਹ ਇਕੱਠਵਾਚਕ ਨਾਮ ਹੋ ਜੂਗਾ ਜੀ। ਇਕੱਠ ਨੂੰ ਅਸੀਂ ਸਮੂਹ ਵੀ ਲਿਖ ਸਕਦੇ ਹਾਂ। ਬਈ ਉਹਦੇ ਬਰਗਰ ਖਾ ਕੇ ਨਾ ਬੜਾ ਹੀ ਸਵਾਦ ਆਉਂਦਾ ਆ। ਅੱਛਾ, ਸਵਾਦ ਕਿਵੇਂ ਦਾ ਹੁੰਦਾ, ਦਿਖਾਈ ਜਿਹੜਾ ਮੈਂ ਸਵਾਦ ਨੂੰ ਮਿਲਣਾ ਆ, ਸਵਾਦ ਨੂੰ ਨਹੀਂ ਮਿਲ ਸਕਦੇ, ਸਵਾਦ ਸਿਰਫ ਮਹਿਸੂਸ ਹੋ ਸਕਦਾ ਆ, ਹੈ ਨਾ। ਜੋ ਚੀਜ਼ ਮਹਿਸੂਸ ਹੋ ਸਕਦੀ, ਜਿਹਨੂੰ ਅਸੀਂ ਵੇਖ ਨਹੀਂ ਸਕਦੇ, ਉਹ ਐਬਸਟ੍ਰੈਕਟ ਹੁੰਦੀ ਹੈ, ਐਬਸਟ੍ਰੈਕਟ ਨਾਊਨ ਹੁੰਦੇ ਆ, ਭਾਵਾਚਕ ਨਾਮ। ਇਹ ਨਾਮ ਦੀਆਂ ਪੰਜ ਕਿਸਮਾਂ ਆ ਜੀ, ਆਮ ਨਾਮ, ਖਾਸ ਨਾਮ, ਵਸਤੂਵਾਚਕ ਨਾਮ, ਇਕੱਠਵਾਚਕ ਨਾਮ ਅਤੇ ਭਾਵਵਾਚਕ ਨਾਮ। ਹੁਣ ਪੇਪਰ ਦਾ ਇੱਕ ਕੁਐਸਚਨ ਸਿੰਪਲ ਤੁਹਾਡੇ ਵਾਸਤੇ ਇਹ ਆਇਆ ਆ ਕਿ ਆਮ ਨਾਮ ਨੂੰ ਹੋਰ ਕਿਸ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਹੁਣ ਦੇਖੋ, ਮੈਂ ਇੱਕ ਆਮ ਨਾਮ ਹੈ, ਮੈਂ ਇੱਕ ਕਾਮਨ ਨੇਮ ਆ, ਹੈ ਨਾ, ਪਰ ਮੈਂ ਇੱਕ ਔਰਤ ਜਾਤੀ ਨੂੰ ਵੀ ਤਾਂ ਰਿਪ੍ਰਜੈਂਟ ਕਰ ਰਹੀ ਹਾਂ ਨਾ, ਤਾਂ ਆਮ ਨਾਮ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਭਾਈ, ਤੁਸੀਂ ਲਿਖ ਦੇਣਾ ਮੇਰਾ ਰਾਜਾ ਪੁੱਤ, ਜਾਤੀਵਾਚਕ ਨਾਮ। ਆਮ ਨਾਮ ਜਾਤੀਵਾਚਕ ਨਾਮ ਹੁੰਦਾ ਹੈ ਜੀ, ਹੈ ਨਾ। ਪੇਪਰ ਵਾਲਾ ਤੁਹਾਨੂੰ ਕਨਫਿਊਜ਼ ਕਰਨ ਵਾਸਤੇ ਹਮੇਸ਼ਾ ਐਵੇਂ ਦੇ ਕੁਐਸਚਨ ਪਾਊਗਾ ਜੀ। ਤਾਂ ਮੈਂ ਮਨੀ ਸ਼ਰਮਾ ਇੱਕ ਔਰਤ ਕਮਿਊਨਿਟੀ ਨੂੰ ਰਿਪ੍ਰਜੈਂਟ ਕਰਦੀ ਹਾਂ, ਤਾਂ ਮੈਂ ਇੱਕ ਜਾਤੀ ਨੂੰ ਵੀ ਰਿਪ੍ਰਜੈਂਟ ਕਰ ਰਹੀ ਤੁਹਾਡੇ ਅੱਗੇ, ਤਾਂ ਆਮ ਨਾਮ ਹੈ ਜਿਹੜਾ ਜੀ, ਉਹ ਜਾਤੀਵਾਚਕ ਵੀ ਹੈ। ਲਿਖੋ ਜੀ ਇਹਦੀਆਂ ਐਗਜ਼ਾਮਪਲਾਂ, ਆਪਣੀ ਕਾਪੀ ਪੈਨਸਲ ਜੀ ਕੱਢੋ ਭਾਈ ਤੁਸੀਂ, ਹੈ ਨਾ। ਲਿਖੋ ਜੀ, ਕੁੜੀ, ਮੰਦਰ, ਦਰਜੀ, ਘੋੜਾ, ਬੱਸ, ਕੱਪ, ਕਿਤਾਬ, ਹੈ ਨਾ, ਇਹ ਸਾਰੇ ਕਿਆ ਹੈ, ਆਮ ਨਾਮ ਆ। ਹੁਣ ਮੈਂ ਉਹ ਇੱਕ ਹੀ ਇਗਜ਼ਾਮਪਲ ਚੱਕਣੀ ਹੈ, ਇੱਕ ਜਿਹੜੀ ਆਪਾਂ ਅੱਗੇ ਉਹਨੂੰ ਲੈ ਜਾਣੀ ਹੈ। ਹੁਣ ਮੈਂ ਤੁਹਾਨੂੰ ਕੁਰਸੀ ਕਿਹਾ ਆ, ਕੁਰਸੀ ਆਮ ਨਾਮ ਹੈ। ਜੇ ਮੈਂ ਕਹਾਂ ਕਿ ਨੀਲ ਕਮਲ ਦੀ ਕੁਰਸੀ, ਇੱਕ ਬ੍ਰਾਂਡ ਆਉਂਦਾ ਸ਼ਾਇਦ ਨੀਲ ਕਮਲ, ਹੈ ਨਾ, ਸਾਡੇ ਘਰ ਪਲਾਸਟਿਕ ਦੀਆਂ ਕੁਰਸੀਆਂ ਉਹਦੀਆਂ, ਫਿਰ ਉਹ ਖਾਸ ਹੋ ਗਿਆ। ਮੈਂ ਆਪਣੇ ਨਾਮ ਦਾ ਇਗਜ਼ਾਮਪਲ ਲਵਾਂ ਤੁਹਾਡੇ ਵਾਸਤੇ, ਮੇਰਾ ਨਾਮ ਮਨੀ ਹੈ, ਹੈ ਨਾ। ਹੁਣ ਜੇ ਮਨੀ ਤੋਂ ਮੈਂ ਇੱਥੇ ਸਤਿਕਾਰਯੋਗ ਭਾਈ ਮਨੀ ਸਿੰਘ ਜੀ ਦੀ ਗੱਲ ਕਰਾਂ, ਸ਼ਹੀਦ ਹੈ ਜੀ ਸਾਡੇ ਮਨੀ ਸਿੰਘ ਜੀ, ਹੈ ਨਾ, ਭਾਈ ਮਨੀ ਸਿੰਘ ਜੀ, ਬੰਦ ਬੰਦ ਕਟਵਾਉਣ ਵਾਲੇ ਭਾਈ ਮਨੀ ਸਿੰਘ ਜੀ, ਭਾਈ ਮਨੀ ਸਿੰਘ ਜੀ ਖਾਸ ਨਾਮ ਆ। ਕਲੀਅਰ ਹੋ ਗਈ ਗੱਲ। ਹੁਣ ਮੈਂ ਔਰ ਇੱਕ ਇਗਜ਼ਾਮਪਲ ਲਵਾਂ, ਨਦੀ, ਨਦੀ ਆਮ ਨਾਮ ਹੈ, ਠੀਕ ਹੈ ਨਾ। ਹੁਣ ਜੇ ਮੈਂ ਉਹਦੇ ਤੁਹਾਡੇ ਕੋਲ ਸਤਲੁਜ ਲਿਖ ਦਾਂ, ਤੁਹਾਡੇ ਕੋਲ ਮੈਂ ਰਾਵੀ ਲਿਖ ਦਵਾਂ, ਤੁਹਾਡੇ ਕੋਲ ਮੈਂ ਇੰਡਸ ਰਿਵਰ ਲਿਖ ਦਵਾਂ, ਗੰਗਾ ਲਿਖ ਦਵਾਂ, ਨਰਮਦਾ ਲਿਖ ਦਵਾਂ, ਯਮੁਨਾ ਲਿਖ ਦਵਾਂ, ਫਿਰ ਉਹ ਖਾਸ ਨਾਮ ਆ। ਸਹੀ ਗੱਲ ਹੈ ਨਾ, ਇਹ ਆਮ ਹੀ ਪਤਾ ਤੁਹਾਨੂੰ, ਕੋਈ ਬਹੁਤ ਬੜਾ ਇਹਦੇ ਵਿੱਚ ਅੰਤਰ ਜੋ ਹੈ
ਉਹ ਤੁਹਾਨੂੰ ਨਾ ਸਮਝ ਆਉਣ ਯੋਗਤਾ ਹੋਣੀ ਚਾਹੀਦਾ ਹੈ ਨਾ। ਜਿੱਥੇ ਬ੍ਰਾਂਡ ਆ ਮੇਰਾ ਬੱਚਾ ਜਿਹਨੂੰ ਅਸੀਂ ਭੀੜ ਵਿੱਚੋਂ ਲੱਭ ਸਕਦੇ ਹਾਂ, ਉਹ ਖਾਸ ਨਾਮ ਆ, ਭੀੜ ਦਾ ਹਿੱਸਾ ਅਸੀਂ ਹਾਂ, ਅਸੀਂ ਆਮ ਨਾਮ ਆ, ਹੈ ਨਾ। ਹੁਣ ਮੈਂ ਫਿਰ ਤਾਂ ਗੱਲ ਕਰੀ, ਤੁਸੀਂ ਯਾਦ ਕਰਨ ਦਾ ਸੋਹਣਾ ਤਰੀਕਾ ਆ ਕਿ ਵਸਤੂ ਵਸਤੂ ਹੁੰਦੀਆਂ ਹੀ ਮਟੀਰੀਅਲਸ ਥਿੰਗਸ ਆ, ਹੈ ਨਾ। ਤਾਂ ਜਿਹੜੇ ਮਟੀਰੀਅਲਿਸਟਿਕ ਨਾਊਨ ਹੁੰਦੇ ਆ ਉਹ ਵਸਤੂਵਾਚਕ ਨਾਮ ਹੋ ਸਕਦੇ ਆ ਜੀ। ਹੁਣ ਵਸਤੂਵਾਚਕ ਨਾਮ ਦੇ ਵਿੱਚ ਇਗਜ਼ਾਮਿਨਰ ਲਿਖਦਾ ਦੁੱਧ, ਤੇਲ, ਪਾਣੀ, ਲੋਹਾ, ਸੋਨਾ। ਲਿਖੋ ਇਹਨੂੰ, ਇਹ ਪੇਪਰ 'ਚ ਆ ਜਾਂਦਾ, ਹੈ ਨਾ। ਉਹ ਕਿਆ ਬੋਲਦਾ, ਵੇਚਦਾ ਸੀਗਾ ਜੀ, ਉਹ ਸਮਾਨ ਵੇਚਦਾ ਸੀਗਾ ਨਾ। ਤਾਂ ਵਸਤੂਵਾਚਕ ਜਿਹੜੇ ਮਟੀਰੀਅਲ ਨਾਊਨ ਆ, ਜਿਨ੍ਹਾਂ ਨੂੰ ਤੋਲਿਆ, ਮਿਣਿਆ ਜਾਂ ਮਾਪਿਆ ਜਾ ਸਕਦਾ ਆ, ਬਸ ਆਹੀ ਪੇਪਰ ਦਾ ਕੁਐਸਚਨ ਹੈ, ਜਿਹਨੂੰ ਤੋਲਿਆ, ਮਿਣਿਆ ਜਾਂ ਮਾਪਿਆ ਜਾ ਸਕਦਾ ਆ, ਹੈ ਨਾ। ਪਹਿਲਾਂ ਤਾਂ ਹੁਣ ਮਾਪ ਲਓ, ਦੁੱਧ ਹੀ ਹੈ ਜੀ, ਹੈ ਨਾ। ਤਾਂ ਪਾਣੀ ਜਾਂ ਦੁੱਧ ਨਾਪੇ ਜੇ ਨਾਲ ਮਾਪਦੇ ਆ ਨਾ, ਨਾਪਾ ਹੁੰਦਾ ਸਾਡੇ ਇੱਕ ਆਪਣਾ, ਬਿਲਕੁਲ ਹੈ। ਰੇਤ ਹੈ ਜੀ, ਉਹਨੂੰ ਤੋਲਿਆ ਜਾ ਸਕਦਾ ਆ, ਹੈ ਨਾ। ਮੈਂ ਕਿਹਾ ਨਾ ਵੀ ਤੋਲ ਤੋਲ ਕੇ ਸਮਾਨ ਦਿੰਦਾ ਹੈ, ਉਹ ਕਿਆ ਤੋਲ ਕੇ ਦਿੰਦੇ ਹੁੰਦੇ ਆ, ਆਲੂ ਪਿਆਜ਼ ਵੀ ਤੋਲ ਕੇ ਦੇ ਸਕਦੇ ਹਾਂ ਆਪਾਂ, ਹੈ ਨਾ। ਰੇਤ ਹੋ ਗਿਆ ਜੀ ਤੁਹਾਡਾ, ਦੁੱਧ ਹੋ ਗਿਆ, ਪਾਣੀ ਹੋ ਗਿਆ ਹੈ ਜੀ, ਰੇਤ ਹੋ ਗਿਆ ਜੀ। ਹੁਣ ਮਿਣਨੇ ਪਰ ਆ ਗਈ ਗੱਲ ਨਾ, ਤੋਲੀਆਂ ਅਤੇ ਮਾਪੀਆਂ ਅਤੇ ਮਿਣੀਆਂ ਜਾਣ ਵਾਲੀਆਂ ਚੀਜ਼ਾਂ, ਹੈ ਨਾ। ਮਿਣਨਾ ਕਿਵੇਂ ਹੋ ਸਕਦਾ ਆ, ਆਹ ਐਵੇਂ ਮਿਣਦੇ ਆ ਨਾ ਆਪਾਂ, 1 ਮੀਟਰ, 2 ਮੀਟਰ, 3 ਮੀਟਰ, ਤਾਂ ਉਰੇ ਕੱਪੜਾ ਲਿਖ ਦਿਓ ਮੇਰਾ ਰਾਜਾ ਬੱਚਾ, ਹੈ ਨਾ। ਮੇਰੀ ਮਾਂ ਨੇ ਮੈਨੂੰ ਕਿਹਾ ਕਿ ਦਿਵਾਲੀ ਵਾਲੇ ਦਿਨ ਉਹ ਚੌਂਕੀ ਦੇ ਉੱਪਰ ਲਾਲ ਕੱਪੜਾ ਵਿਛਾਉਣਾ ਆ, ਤਾਂ ਉਹ ਮਿਣ ਕੇ ਲੈ ਕੇ ਆਈ। ਮੈਂ ਕਿੰਨਾ ਲੈ ਕੇ ਆਈ, ਮੈਂ 1.5 ਮੀਟਰ ਲੈ ਕੇ ਆਈ, ਹੈ ਨਾ। ਤਾਂ ਉਹ ਕਿਆ ਹੈ ਜੀ, ਉਹ ਵਸਤੂਵਾਚਕ ਆ ਜੀ, ਉਹਨੂੰ ਮਿਣ ਰਹੀ ਮੈਂ। ਤਾਂ ਤੋਲਣਾ ਵੀ ਹੋ ਗਿਆ ਮੇਰਾ ਬੱਚਾ, ਮੇਰਾ ਬੁੱਤ ਗਿਣਨਾ ਵੀ ਹੋ ਗਿਆ ਮੇਰਾ ਰਾਜਾ ਬੱਚਾ, ਠੀਕ ਹੈ ਨਾ ਜੀ। ਤੋਲੀਆਂ, ਮਿਣੀਆਂ ਅਤੇ ਮਾਪੀਆਂ ਜਾ ਸਕਣ ਵਾਲੀਆਂ, ਫਿਰ ਤਾਂ ਮੈਂ ਰਿਪੀਟ ਕਰਾਂ, ਤੋਲੀਆਂ, ਮਿਣੀਆਂ ਅਤੇ ਮਾਪੀਆਂ ਜਾ ਸਕਣ ਵਾਲੀਆਂ ਚੀਜ਼ਾਂ ਨੂੰ ਵਸਤੂਵਾਚਕ ਕਹਿੰਦੇ ਹਾਂ। ਕਣਕ, ਚੌਲ, ਰੇਤ, ਕੱਪੜਾ, ਸੋਨਾ, ਚਾਂਦੀ, ਪਾਣੀ, ਦੁੱਧ, ਤੇਲ, ਇਹ ਸਾਰੀਆਂ ਕਿਆ ਹੈ ਭਾਈ, ਇਹ ਮੇਰਾ ਰਾਜਾ ਬੱਚਾ ਵਸਤੂਵਾਚਕ ਹੈ। ਪੇਪਰ ਦਾ ਕੁਐਸਚਨ ਸੀਗਾ ਸੋਨਾ ਅਤੇ ਚਾਂਦੀ, ਠੀਕ ਹੈ ਨਾ। ਉਹ ਤੱਖੜੀ ਜੀ ਵਿੱਚ ਪਾ ਲੈਂਦਾ ਹੁੰਦਾ ਉਹ ਸੁਨਿਆਰਾ ਹੈ ਜਿਹੜਾ, ਉਹ ਤੱਖੜੀ ਮੈਂ ਤੋਲ ਕੇ ਦਿੰਦਾ ਹੈ ਸੋਨੇ ਨੂੰ, ਹੈ ਨਾ। ਤਾਂ ਯਾਦ ਰੱਖਿਓ, ਜਿਹੜਾ ਗੋਲਡ ਜਾਂ ਸਿਲਵਰ ਹੈ ਉਹ ਤੁਹਾਡੇ ਕੋਲ ਵਸਤੂਵਾਚਕ ਚਾਹੁੰਦਾ ਮੇਰਾ ਗੁੱਡੂ। ਅਤੇ ਕਿਵੇਂ ਦਾ ਮਹਿਸੂਸ ਹੁੰਦਾ ਸੋਨਾ ਖਰੀਦ ਕੇ ਜਾਂ ਚਾਂਦੀ ਖਰੀਦ ਕੇ, ਜੇ ਚਲੋ ਖਰੀਦਣਾ ਛੱਡੋ, ਜੇ ਤੁਹਾਨੂੰ ਲੱਭ ਜਾਵੇ ਤਾਂ ਕਿਵੇਂ ਦਾ ਮਹਿਸੂਸ ਹੁੰਦਾ? ਕਹਿੰਦੇ ਚੰਗਾ ਮਹਿਸੂਸ ਨਹੀਂ ਹੁੰਦਾ ਜੀ, ਕਾਹਤੇ ਨਹੀਂ ਹੁੰਦਾ, ਕਹਿੰਦੇ ਭਾਈ ਉਹ ਮਾੜਾ ਹੁੰਦਾ, ਹੈ ਨਾ। ਅੱਛਾ, ਮਾੜਾ ਹੁੰਦਾ ਭਾਈ, ਚੰਗੀ ਗੱਲ ਆ। ਹੁਣ ਜੇ ਮੈਂ ਰੌਲਾ ਬਾਅਦ ਮਾ ਕੇ ਮੈਨੂੰ ਸੋਨਾ ਲੱਭਿਆ, ਤਾਂ ਆਲੇ ਦੁਆਲੇ ਦੇਖੋ ਕਿੰਨਾ ਇਕੱਠ ਹੋ ਜਾਣਾ ਮੇਰੇ, ਹੈ ਨਾ। ਸੋਨਾ ਲੱਭਿਆ, ਸੋਨਾ ਲੱਭਿਆ ਕੁੜੀ ਨੂੰ ਜੀ। ਨਾਲੇ ਪੰਜਾਬੀਆਂ ਦਾ ਤਾਂ ਸੁਭਾਅ ਹੈ, ਅਤੇ ਪੰਜਾਬੀਆਂ ਵਾਸਤੇ ਤਾਂ ਇੱਕ ਸ਼ਬਦ ਆ ਕਿ ਜਿੱਥੇ ਇੱਕ ਤੋਂ ਵੱਧ ਪੰਜਾਬੀ ਇਕੱਠਾ ਹੋ ਜਾਵੇ ਉੱਥੇ ਮੇਲਾ ਲੱਗ ਜਾਂਦਾ ਹੁੰਦਾ, ਹੈ ਨਾ। ਤਾਂ ਮੇਲਾ ਲੱਗ ਜਾਂਦਾ ਹੁੰਦਾ ਆ ਜੀ। ਆਮ ਹੀ ਗੱਲ ਆ, ਜੇ ਸੜਕ ਪਰ ਕੰਮ ਚੱਲ ਰਿਹਾ ਹੋਵੇ ਨਾ, ਤਾਂ ਮੈਂ ਉੱਥੇ ਜਾ ਕੇ ਖੜ੍ਹ ਜਾਣਾ, ਮੇਰੇ ਨਾਲ ਤੁਸੀਂ ਵੀ ਆ ਜਾਣਾ ਆ, ਕਿਆ ਹੋ ਰਿਹਾ। ਨਾਲੇ ਸਾਨੂੰ ਦਿਖ ਰਿਹਾ ਹੈ ਵੀ ਭਾਈ ਮਿੱਟੀ ਪੱਟ ਰਿਹਾ ਜਾਂ ਕੁਛ ਕਰ ਰਿਹਾ, ਤਾਂ ਹੋਰ 4 ਬੰਦੇ ਖੜ੍ਹੇ ਹੋ ਜਾਣੇ ਆ ਕੇ ਸਾਡੇ ਕੋਲ, ਅਤੇ ਮੇਲਾ ਲੱਗ ਜਾਂਦਾ, ਹੈ ਨਾ। ਤਾਂ ਇਕੱਠ ਜਿਹੜਾ ਹੈਗਾ ਆ ਉਹ ਕਿਆ ਹੁੰਦਾ, ਗੈਦਰਿੰਗ। ਗੈਦਰਿੰਗ ਕਿਵੇਂ ਹੋ ਸਕਦੀ ਹੈ ਜੀ? ਗੈਦਰਿੰਗ ਐਵੇਂ ਹੋ ਸਕਦੀ ਹੈ, ਜਦੋਂ ਆਪਾਂ